ਹਰ ਇੱਕ ਐਕਟਰ ਨੂੰ ਆਪਣੇ ਕਿਰਦਾਰ ਦੇ ਨਾਲ ਨਿਆਂ ਕਰਨਾ ਕਾਫੀ ਲਾਜ਼ਮੀ ਹੋ ਜਾਂਦਾ ਹੈ ਔਰ ਜੇਕਰ ਗੱਲ ਕਰੀਏ ਆਪਾਂ ਪਰਫੈਕਟ ਹੋਣ ਦੀ ਤਾਂ ਸਾਨੂੰ ਟ੍ਰੇਨਿੰਗ ਦੀ ਲੋੜ ਪੈਂਦੀ ਹੈ ਔਰ ਐਮੀ ਵਿਰਕ ਅੱਜ ਕੱਲ ਬਿਜ਼ੀ ਨੇ ਆਪਣੀ ਆਉਣ ਵਾਲੀ ਬਾਲੀਵੁੱਡ ਫਿਲਮ ਦੇ ਕਰਕੇ ਜੋ ਬੇਸਡ ਹੈ 1983 ਸਨ ਦੇ ਉੱਤੇ ਜਦ ਟੀਮ ਇੰਡੀਆ ਵਰਲਡ ਕੱਪ ਜਿੱਤੀ ਸੀਗੀ ਔਰ ਅੱਜ ਕੱਲ ਐਮੀ ਵਿਰਕ ਟ੍ਰੇਨਿੰਗ ਲੈ ਰਹੇ ਨੇ ਕਿ ਕਿਵੇਂ ਬੋਲਿੰਗ ਕੀਤੀ ਜਾਵੇ ਹਾਲ ਹੀ ਦੇ ਵਿੱਚ ਐਮੀ ਵਿਰਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟਸ ਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਜਿਸ ਦੇ ਵਿੱਚ ਉਹ ਨਜ਼ਰ ਆ ਰਹੇ ਨੇ ਬਲਵਿੰਦਰ ਸਿੰਘ ਸੰਧੂ ਦੇ ਨਾਲ ਇਸ ਫੋਟੋ ਨੂੰ ਸ਼ੇਅਰ ਕਰਦਿਆਂ ਹੋਇਆ ਐਮੀ ਵਿਰਕ ਨੇ ਲਿਖਿਆ ਸਪਿਨਿੰਗ ਟਾਈਮਸ ਆਰ ਕਮਿੰਗ ਅਪ ਰੀਅਲ ਟ੍ਰੇਨਿੰਗ ਵਿਦ ਮਾਈ ਰੀਅਲ ਅਵਤਾਰ ਬਲਵਿੰਦਰ ਸਿੰਘ ਸੰਧੂ ਸਰ ਫਰੋਮ ਧਰਮਸ਼ਾਲਾ ਬੂਟ ਕੈਂਪ ਸੋ ਇਸ ਤਸਵੀਰ ਦੇ ਸ਼ੇਅਰ ਹੋਣ ਤੋਂ ਬਾਅਦ ਸਾਫ ਪਤਾ ਲੱਗ ਗਿਆ ਕਿ ਨਿਆਂ ਕਰਨਾ ਚਾਹੁੰਦੇ ਨੇ ਆਪਣੇ ਕਿਰਦਾਰ ਦੇ ਨਾਲ ਐਮੀ ਵਿਰਕ ਤਾਂ ਹੀ ਟ੍ਰੇਨਿੰਗ ਲੈ ਰਹੇ ਨੇ ਕਿਵੇਂ ਬੋਲਿੰਗ ਕੀਤੀ ਜਾਵੇ ਫਿਲਹਾਲ ਤੁਹਾਨੂੰ ਐਮੀ ਵਿਰਕ ਦੀ ਇਸ ਬਾਲੀਵੁੱਡ ਫਿਲਮ ਦਾ ਕਿੰਨਾ ਕੁ ਇੰਤਜ਼ਾਰ ਹੈ ਸਾਨੂੰ ਆਪਣੀ ਰਾਏ ਕਮੈਂਟ ਕਰਕੇ ਜ਼ਰੂਰ ਦੱਸੋ।